ਤੁਹਾਨੂੰ ਦੋਸਤ ਮੈਂ ਇਸ ਮਸ਼ੀਨ ਦੇ ਤਿੰਨ ਤੋਂ ਜਾਂ ਚਾਰ ਵੀਡੀਓ ਬਣਾ ਕੇ ਤੁਹਾਨੂੰ ਇਹਦੀ ਪਰਫੋਰਮੈਂਸ ਚੈੱਕ ਕਰਵਾ ਚੁੱਕਿਆ ਵਾਂ। ਮੈਂ ਤੁਹਾਨੂੰ ਫਿਰ ਵੀ ਇਹਦੇ ਬਾਰੇ ਦੱਸ ਦਿੰਦਾ ਮਸ਼ੀਨ ਦੇ ਬਾਰੇ। ਦੋਸਤੋ ਦੇਖੋ ਇੱਕ ਮਿੰਟ ਹੋਇਆ ਚੱਲਦੀ ਹੋਈ ਤਕਰੀਬਨ ਅਤੇ ਖਤਮ। ਰਹਿਮਾਨ ਅਸਲਾਮ ਵਾਲੇਕੁਮ ਦੋਸਤੋ। ਦੋਸਤੋ ਮੈਂ ਉਮੀਦ ਕਰਦਾ ਸੀ ਬਿਲਕੁਲ ਠੀਕ ਠਾਕ ਅਤੇ ਖੈਰ ਨਾਲ ਹੋਵੋਗੇ। ਦੋਸਤੋ ਅੱਜ ਮੈਂ ਜਿਹੜਾ ਬਲੌਗ ਬਣਾਉਣ ਜਾ ਰਿਹਾ ਵਾਂ ਪਿੰਡ ਪੰਜਾਬ ਦੇ ਚੈਨਲ ਤੋਂ, ਦੋਸਤੋ ਅੱਜ ਅਸੀਂ ਮੈਂ ਤੁਹਾਨੂੰ ਦਿਖਾਉਂਦਾ ਵਾਂ ਬਿਲਕੁਲ। ਤੁਸੀਂ ਦੇਖਦੇ ਹੋ ਦੋਸਤੋ ਆਹ ਮਸ਼ੀਨ ਆ, ਤੁਹਾਨੂੰ ਮੈਂ ਇਹਦੇ ਉੱਤੇ ਪਹਿਲਾਂ ਤਕਰੀਬਨ ਦੋ ਤੋਂ ਜਾਂ ਤਿੰਨ ਵੀਡੀਓ ਬਣਾ ਕੇ ਤੁਹਾਨੂੰ ਇਸ ਮਸ਼ੀਨ ਦੀ ਜਨਰੇਟਰ ਵਾਲੀ ਮਸ਼ੀਨ ਦੀ ਪਰਫੋਰਮੈਂਸ ਦਿਖਾਈ ਸੀ। ਮਾਸ਼ਾਅੱਲਾ ਦੀ ਪਰਫੋਰਮੈਂਸ ਬੜੀ ਫਿੱਟ ਪਰਫੋਰਮੈਂਸ ਆ ਅਤੇ ਅੱਜ ਫਿਰ ਤੁਹਾਨੂੰ ਮੈਂ ਇਹਦੀ ਪਰਫੋਰਮੈਂਸ ਦਿਖਾਊਂਗਾ ਅਤੇ ਇਹ ਅਸੀਂ ਤਿਲਾਂ 'ਤੇ ਸਪਰੇਅ ਕਰਨ ਜਾ ਰਹੇ ਹਾਂ। ਦੋਸਤੋ ਜਿਹੜੇ ਤੁਸੀਂ ਸਰਦੀਆਂ 'ਚ ਆਪਾਂ ਦੇਖੇ ਹੋਣੇ ਤਿਲ ਛਿਕਰੀ, ਤੁਸੀਂ ਨਾਮ ਸੁਣਿਆ ਖਾਧੇ ਵੀ ਹੋਣੇ ਤਿਲ ਛਿਕਰੀ, ਜਿਹੜੇ ਤਿਲਾਂ ਦਾ ਬਣਦਾ ਉਹ ਤਿਲ ਛਿਕਰੀ, ਅੱਜ ਉਹ ਤਿਲਾਂ ਦੇ ਅਸੀਂ ਸਪਰੇਅ ਕਰਨ ਜਾ ਰਹੇ ਹਾਂ, ਉਹਨਾਂ 'ਤੇ ਮਿਹਨਤ ਕਰ ਰਹੇ ਹਾਂ ਅਤੇ ਉਹ ਤੁਹਾਨੂੰ ਮੈਂ ਜਾ ਕੇ ਦਿਖਾਉਂਦਾ ਵੀ ਹਾਂ। ਦੋਸਤੋ ਤੁਸੀਂ ਆਹ ਦੇਖਦੇ ਪਏ ਹੋਣੇ ਆ ਜਨਰੇਟਰ ਵਾਲੀ ਮਸ਼ੀਨ ਨਾਲ ਸਪਰੇਅ ਕਰ ਰਹੇ ਹਾਂ। ਮੈਂ ਤੁਹਾਨੂੰ ਪਹਿਲੇ ਵੀ ਇੱਥੇ ਤਿੰਨ ਚਾਰ ਵੀਡੀਓ ਬਣਾ ਕੇ ਇਹਦੀ ਪਰਫੋਰਮੈਂਸ ਚੈੱਕ ਕਰਵਾ ਚੁੱਕਿਆ ਵਾਂ, ਲੇਕਿਨ ਅੱਜ ਮੈਂ ਤੁਹਾਨੂੰ ਇਸ ਮਸ਼ੀਨ ਦੀ ਪਰਫੋਰਮੈਂਸ ਨਹੀਂ, ਲੇਕਿਨ ਤੁਹਾਨੂੰ ਮੈਂ ਅੱਜ ਇਸ ਫਸਲ ਦੇ ਬਾਰੇ ਦੱਸੂੰਗਾ ਜਿਹਦੇ ਤੁਹਾਨੂੰ ਮੈਂ ਦੱਸਿਆ ਕਿ ਇਹ ਤਿਲਾਂ ਦੀ ਫਸਲ ਆ। ਦੋਸਤੋ ਇਹਦੇ 'ਤੇ ਅਸੀਂ ਸਪਰੇਅ ਕਰ ਰਹੇ ਹਾਂ, ਜਿਹੜੇ ਸਰਦੀਆਂ 'ਚ ਸੁਣਿਆ ਹੋਣਾ ਨਾਮ ਦਾ, ਦੇਖੋ ਨਾ ਤਿਲ ਆ, ਫੁੱਲ ਲੱਗੇ ਹੋਏ, ਇਹਨੂੰ ਆ ਫਲ ਲੱਗਿਆ ਵਾ, ਆਹ ਦੇਖੋ। ਜਿਹੜਾ ਸਰਦੀਆਂ 'ਚ ਆਪਾਂ ਤਿਲ ਛਿਕਰੀ ਰੇਵੜੀ ਦਾ ਨਾਮ ਖਾਂਦੇ ਹਾਂ ਚੀਜ਼ਾਂ, ਉਹ ਇਹ ਦੋਸਤੋ ਇਸ ਤਿਲਾਂ ਦੇ ਬਣਦੇ ਆ। ਦੇਖ ਲਓ ਪਹਿਲੇ ਤਿਲ 'ਚ ਫਸਲ ਤਿਆਰ ਹੋਏਗੀ, ਜੋ ਤਿਲ ਨਿਕਲਣਗੇ ਉਸ ਤੋਂ ਬਾਅਦ ਉਹ ਤਿਲ ਛਿਕਰੀ ਵਾਲਾ ਅਮਲ ਸ਼ੁਰੂ ਹੋਏਗਾ, ਉਹਦੀ ਮਿਹਨਤ ਕਰ ਰਹੇ ਹਾਂ। ਦੋਸਤੋ ਦੁਆ ਕਰੀਓ ਕਿ ਸਾਡੀ ਫਸਲ ਅੱਛੀ ਹੋਵੇ ਤਾਂ ਕਿ ਅਸੀਂ ਇਹਦੀ ਗਾਂ ਤਿਲ ਛਿਕਰੀ ਰੇਵੜੀ ਅੱਛੇ ਬਣਾ ਸਕੀਏ ਕਿਸੇ ਨੇ। ਇਹ ਦੋਸਤੋ ਇਸ ਤਿਲਾਂ ਦੇ ਤਿਆਰ ਕੀਤਾ ਜਾਂਦਾ ਵਾ, ਹਾਂ ਦੇਖੋ ਇਹ ਉਹ ਤਿਲ ਆ, ਉਹਨਾਂ 'ਤੇ ਇਸ ਟਾਈਮ ਮਿਹਨਤ ਕੀਤੀ ਜਾ ਰਹੀ ਆ, ਦਵਾਈ ਯਾਨੀ ਕਿ ਸਪਰੇਅ ਅਸੀਂ ਕਰ ਰਹੇ ਹਾਂ, ਉਸ ਫਸਲ ਨੂੰ ਤਿਆਰ ਕਰ ਰਹੇ ਹਾਂ। ਇਨਸ਼ਾਅੱਲਾ ਦੋਸਤੋ ਅੱਛੀ ਫਸਲ ਲੈਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ। ਇਨਸ਼ਾਅੱਲਾ ਦੋਸਤੋ ਤੁਸੀਂ ਦੁਆ ਕਰੀਓ ਕਿ ਸਾਡੀ ਫਸਲ ਅੱਛੀ ਹੋਵੇ ਤਾਂ ਕਿ ਅਸੀਂ ਇਹ ਤਿਲ ਛਿਕਰੀ ਆ ਰੇਵੜੀ ਆ ਅਸੀਂ ਗਾਂ ਅੱਛੀ ਬਣਾ ਸਕੀਏ। ਖੁਦ ਅਸੀਂ ਐਤਕੀ ਸੋਚਿਆ ਕਿ ਅਸੀਂ ਆਪ ਖੁਦ ਤਿਲ ਛਿਕਰੀ ਰੇਵੜੀ ਆਪਦੀ ਤਿਆਰ ਕਰਨੀ ਆ, ਖੁਦ ਆਪਦਾ ਪ੍ਰੋਡਕਟ ਤਿਆਰ ਕਰਨਾ ਆਪਦਾ। ਆਹ ਦੇਖੋ ਅਸੀਂ ਸਪਰੇਅ ਕਰ ਰਹੇ ਹਾਂ ਇਹਨੂੰ, ਪਹਿਲੇ ਤੁਹਾਨੂੰ ਦੋਸਤ ਮੈਂ ਇਸ ਮਸ਼ੀਨ ਦੇ ਤਿੰਨ ਤੋਂ ਜਾਂ ਚਾਰ ਵੀਡੀਓ ਬਣਾ ਕੇ ਤੁਹਾਨੂੰ ਇਹਦੀ ਪਰਫੋਰਮੈਂਸ ਚੈੱਕ ਕਰਵਾ ਚੁੱਕਿਆ ਵਾਂ। ਮੈਂ ਤੁਹਾਨੂੰ ਫਿਰ ਵੀ ਇਹਦੇ ਬਾਰੇ ਦੱਸ ਦਿੰਦਾ ਮਸ਼ੀਨ ਦੇ ਬਾਰੇ। ਦੋਸਤੋ ਦੇਖੋ ਇੱਕ ਮਿੰਟ ਹੋਇਆ ਚੱਲਦੀ ਹੋਈ ਤਕਰੀਬਨ ਅਤੇ ਖਤਮ ਹੋ ਚੱਲੀ ਆ। ਆ ਦੇਖੋ ਦੋਸਤੋ ਉਦੋਂ ਤਿਲਾਂ ਨੂੰ ਸਪਰੇਅ ਮੁਕੰਮਲ ਹੋ ਗਈ ਆ, ਹੁਣ ਥੋੜ੍ਹੀ ਬੱਚੀ ਸੀ ਜਿਹੜੀ ਚਰੀ ਨੂੰ ਕਰਦੀ ਹੈ ਖਤਮ ਕਰਦੀ ਹੈ। ਦੇਖੋ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅਗਰ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਔਰ ਬੈੱਲ ਆਈਕੋਨ ਨੂੰ ਪ੍ਰੈਸ ਕਰੋ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓ ਇਸ ਭਾਈ ਦੀਆਂ ਤੁਹਾਨੂੰ ਮਿਲਣ। ਠੀਕ ਹੈ, ਥੈਂਕ ਯੂ।